ਜੀ ਸਰ ਜਾਣੀ ਕਹਿੰਦੇ ਅੱਜ ਫਿਰ ਤੋਂ ਆਪਾਂ ਲੈ ਕੇ ਆ ਚੁੱਕੇ ਹਾਂ ਕਾਈਟ ਵਲੋਗ, ਅਤੇ ਪਿੱਛੇ ਤੁਸੀਂ ਵੇਖ ਸਕਦੇ ਹੋ ਹਵਾ ਬਿਲਕੁਲ ਨਹੀਂ ਚੱਲਦੀ ਪਈ, ਗੁੱਡੀਆਂ ਵੀ ਯਾਰ ਬਿਲਕੁਲ ਵੀ ਨਹੀਂ ਉੱਡਦੀਆਂ ਪਈਆਂ, ਅਤੇ ਕਹਿੰਦੇ ਇੱਧਰ ਹੀ ਇਕੱਲੀ ਗੁੱਡੀ ਉੱਡਣ ਦੀ ਆ, ਅਤੇ ਬਾਕੀ ਪਿੱਛੇ ਵੀ ਕੋਈ ਗੁੱਡੀ ਨਹੀਂ ਉੱਡਣ ਦੀ, ਥੋੜ੍ਹੀ ਬਹੁਤੀ ਹਵਾ ਇੱਧਰ ਨੂੰ ਹੀ ਲੱਗਣ ਦੀ ਆ। ਗੁੱਡੀ ਕਹਿੰਦੇ ਉੱਧਰੋਂ ਵੀ ਉੱਡ ਚੁੱਕਿਆ, ਅਤੇ ਕਹਿੰਦੇ ਇੱਧਰ ਆਪਾਂ ਉਡਾਤੀ ਆ, ਅਤੇ ਇੱਧਰ ਕੌਣ ਲੱਗਣਗੇ ਆਪਣੇ ਦੋਵਾਂ ਦੇ ਪਿੱਛੇ। ਗਾਈਸ ਕਹਿੰਦੇ ਇੱਧਰੋਂ ਲੱਗਣ ਜਾ ਰਿਹਾ ਕਹਿੰਦੇ ਆਪਣਾ ਪਿੱਛਾ, ਅਤੇ ਕਹਿੰਦੇ ਉਹਦੀ ਗੁੱਡੀ ਗੀ ਤਾਂ ਭਰਾਵਾ, ਦੋਵੇਂ ਗੁੱਡੀਆਂ ਇੱਕੋ ਜਿਹੀਆਂ, ਹੁਣ ਤੁਹਾਨੂੰ ਪਤਾ ਨਹੀਂ ਲੱਗਣਾ ਕਿਹੜੀ ਆਪਣੀ ਆ। ਅਤੇ ਬਾਕੀ ਮੈਂ ਤੁਹਾਨੂੰ ਦੱਸ ਦਿਆਂ ਜਿਹੜੀ ਥੱਲੇ ਵਾਲੀ ਆ ਨਾ ਉਹ ਹੈਗੀ ਆਪਣੀ, ਜਿਹੜੀ ਉੱਤੇ ਵਾਲੀ ਆ ਉਹ ਪਤਾ ਨਹੀਂ ਕਿਹਦੀ ਆ। ਜੇ ਦੀ ਵੀ ਹੋਵੇ ਤੁਹਾਨੂੰ ਕਿਹੜਾ ਦੇਣਾ ਯਾਰ, ਤੁਸੀਂ ਪਿੱਛਾ ਇੰਜੋਏ ਕਰੋ। ਕਹਿੰਦੇ ਇੱਧਰ ਵੱਜ ਰਿਹਾ ਇਹਨੂੰ ਖਿੱਚਾ, ਕਹਿੰਦੇ ਉਹਨੇ ਥੱਲੋਂ ਮਾਰਤਾ ਪਰ ਚੱਕ ਜਾਂਦੀ ਓਏ ਅਗਲਾਵੇ, ਕਹਿੰਦੇ ਆਪਣੀ ਗੁੱਡੀ ਆ ਹੀ ਤੇਰੀ ਗੁੱਡੀ ਵੀ ਕਹਿੰਦੇ ਉੱਡ ਜੂਗੀ ਆ ਜਿਹਦੀ ਆਪਾਂ ਵੱਡੀ ਹੋਈ ਨਹੀਂ ਉਡਾਈ ਭਰਾਵਾ। ਅਸੀਂ ਉਹਨੂੰ ਫੋਨ ਕੀਤਾ ਭਰਾਵਾ ਗੁੱਡੀ ਉਡਾ, ਗੁੱਡੀ ਕੋਈ ਨਹੀਂ ਉੱਡਣ ਦੀ, ਅਤੇ ਕਹਿੰਦੇ ਅੱਜ ਆਪਣਾ ਚੰਗੀ ਤਰ੍ਹਾਂ ਗੱਟੂ ਟੈਸਟ ਹੋਏਗਾ ਜਿਹੜਾ ਕਿ ਆ ਮੋਨੋਫਿਲ ਹੈਗਾ ਭਰਾਵਾ। ਇਹਦੀ ਹੁਣ ਬੋਕਸਿੰਗ ਆਪਾਂ 4-5 ਦਿਨ ਪਹਿਲਾਂ ਕੀਤੀ ਸੀ, ਠੀਕ ਆ, ਅਤੇ ਇਹ ਜਿੰਨੀ ਤੇਜ਼ ਹਨੇਰੀਆਂ ਚੱਲੀਆਂ ਨਾ 2-3 ਦਿਨ, ਉਨੇ ਚਿਰ ਨੂੰ ਭਰਾਵਾ ਇਹ ਖਾਲੀ ਵੀ ਹੋ ਗਏ ਸਾਰਾ, ਇਹ ਬੜੀ ਛੇਤੀ ਖਾਲੀ ਹੋਇਆ। ਕਹਿੰਦੇ ਜਿਉਂ ਜਿਉਂ ਗੁੱਡੀ ਨਜ਼ਦੀਕ ਆਈ ਜਾ ਰਹੀ ਹੈ, ਅਤੇ ਸਾਡੀ ਗੁੱਡੀ ਕਹਿੰਦੇ ਆਪਣੀ ਰਫਤਾਰ ਫੜੀ ਜਾ ਰਹੀ ਹੈ ਕਿ ਆਪਾਂ ਉਹਨੂੰ ਫਿਰ ਤੋਂ ਵੱਢ ਕੇ ਆਉਣਾ। ਗੁੱਡੀ ਕਹਿੰਦੀ ਮੈਂ ਫਿਰ ਤੋਂ ਵੱਢ ਕੇ ਹੀ ਆਉਣਾ ਜੋ ਮਰਜ਼ੀ ਹੋ ਜਾਏ, ਅਤੇ ਹੁਣ ਵੇਖੋ ਗੁੱਡੀ ਆਪਣੀ ਗੱਲ 'ਤੇ ਕਾਇਮ ਰਹਿੰਦੀ ਆ ਜਾਂ ਫਿਰ ਨਹੀਂ ਰਹਿੰਦੀ। ਖਿੱਚਦੇ ਉਹਨੂੰ ਥੱਲੋਂ, ਕਹਿੰਦੇ ਆਪਣਾ ਗੁੱਡਾ ਹੋ ਚੁੱਕਿਆ ਪੂਰੀ ਤਰੀਕੇ ਨਾਲ ਖਰਾਬ, ਅਤੇ ਇੱਧਰੋਂ ਕਹਿੰਦੇ ਤਾਂ ਆਪਾਂ ਕਹਿਣ ਡੇ ਕਿ ਵੱਢਿਆ ਜਾਵੇ ਤਾਂ ਹੀ ਠੀਕ ਹੈ। ਕਹਿੰਦੇ ਵੱਜ ਰਿਹਾ, ਅਤੇ ਉਹਦੀ ਗੁੱਡੀ ਕਹਿੰਦੇ ਗੋਲ ਗੋਲ ਘੁੰਮੀ ਜਾਂਦੀ ਹੈ ਚੱਕ ਜਾਂਦੀ ਓਏ ਅਗਲਾ ਵੇ। ਤੀਜੀ ਗੁੱਡੀ ਕਹਿੰਦੇ ਉਹਨੇ ਫਿਰ ਤੋਂ ਉਡਾਤੀ ਆ, ਅਤੇ ਇੱਧਰੋਂ ਕਹਿੰਦੇ ਆਪਣੀ ਪਹਿਲੀ ਗੁੱਡੀ ਉੱਡੀ ਹੋਈ ਹੈ ਹਲੇ ਤੀਕਰ। ਹੁਣ ਤਾਂ ਕਹਿੰਦੇ ਉਹਨੂੰ ਪੂਰਾ ਗੁੱਸਾ ਚੜਿਆ ਹੋਣਾ, ਭਰਾਵਾ ਮੇਰੀਆਂ 2 ਗੁੱਡੀਆਂ ਵੜਤੀਆਂ ਇਹਨਾਂ ਨੇ, ਅੱਜ ਕਿਸ ਤਰ੍ਹਾਂ ਵੜਤੀਆਂ, ਦਾਣ ਹੀ ਨਹੀਂ ਦਿਆ, ਪਾਗਲ ਹੋ ਗਿਆ ਸੀ ਉੱਥੇ ਹੀ। ਜੇ ਹੁਣ ਵੱਡੀ ਗਈ ਇਸ ਤੋਂ ਬਾਅਦ ਗੁੱਡੀ ਨਹੀਂ ਉਡਾਉਣੀ ਭਰਾ, ਅਸੀਂ ਗੁੱਡੀ ਨਾ ਨਾ ਹੀ ਹਵਾ ਚੱਲਣ ਦੀ, ਨਾ ਹੀ ਕੋਈ ਗੁੱਡੀ ਗਾਡੀ ਉੱਡਣ ਦੀ, ਅਤੇ ਮਜ਼ਾ ਨਹੀਂ ਆਉਂਦਾ ਅੱਜ ਗੁੱਡੀ ਉਡਾਉਣ ਦਾ। ਆਪਦਾ ਪੇਚੇ ਪੂਚੇ ਲਾਉਣ ਦੀ ਅਗਲ ਉਗਲ ਨਹੀਂ ਹੈਗੀ। ਕਹਿੰਦੇ ਇੱਧਰ ਆਪਣਾ ਤੀਜਾ ਪੇਚਾ ਫਿਰ ਤੋਂ ਲੱਗਣ ਜਾ ਰਿਹਾ, ਕਹਿੰਦੇ ਪੇਚਾ ਆਪਣਾ ਸ਼ੁਰੂ ਹੋ ਚੁੱਕਿਆ, ਕਹਿੰਦੇ ਇੱਧਰੋਂ ਵੱਜਣ ਲੱਗਾ ਇਹਨੂੰ ਥੱਲੋਂ ਉੱਤੋਂ ਖਿੱਚਿਆ, ਪਤਾ ਨਹੀਂ ਆਹੋ ਥੱਲੋਂ ਉੱਤੇ ਖਿੱਚਿਆ ਵੱਜ ਲਗਾਈ। ਕਹਿੰਦੇ ਗੁੱਡਿਆਂ ਨੂੰ ਹਵਾ ਬਿਲਕੁਲ ਨਹੀਂ ਲੱਗ ਰਹੀਆਂ, ਅਤੇ ਇਸ ਕਰਕੇ ਤੁਣ ਕੇ ਮਾਰ ਮਾਰ ਕੇ ਉਹਨਾਂ ਨੂੰ ਹਵਾ ਦਵਾਉਣੀ ਪੈ ਰਹੀ ਹੈ, ਹਵਾ ਨਹੀਂ ਮਤਲਬ ਹਵਾ ਚਲਾਉਣਾ ਪੈ ਰਿਹਾ। ਅਤੇ ਉੱਧਰੋਂ ਕਹਿੰਦੇ ਉਹ ਆ ਚੁੱਕਿਆ, ਉਹਨੇ ਅੰਨਿਆਂ ਵਾਂਗੂ ਕਿੰਨੀ ਵਧਾ ਲਈ ਹੈ, ਅਸੀਂ ਨਹੀਂ ਭਰਾ ਵਧਾਈ ਇੰਨੀ, ਵਾਹ ਲੈ ਇੰਨੇ ਘੜੀ ਵੇ ਕਿੱਥੇ ਟੰਗੀ, ਪੜਾਵੇ ਕਿੱਥੇ ਟੰਗਿਆ ਇਹਨੇ, ਜਿਸ ਤਰ੍ਹਾਂ ਕੰਧ 'ਤੇ ਨਹੀਂ ਟੰਗੀ ਹੁੰਦੀ। ਅਤੇ ਕਹਿੰਦੇ ਇੱਧਰੋਂ ਲੱਗਣ ਜਾ ਰਿਹਾ ਆਪਣਾ ਪੇਚਾ, ਅਤੇ ਪੇਚੀ ਦਾ ਹਾਲ ਕੁਛ ਨਹੀਂ ਪਤਾ ਚੱਲ ਰਿਹਾ ਹੈਗਾ, ਇਸ ਕਿੱਧਰ ਨੂੰ ਕਿਹੜਾ ਪੇਚਾ ਲੱਗ ਰਿਹਾ। ਅਤੇ ਗਾਈਸ ਇੱਧਰ ਆਪਣਾ ਹੀ ਪੇਚਾ ਲੱਗ ਰਿਹਾ, ਬਾਕੀ ਆਸਮਾਨ ਪੂਰਾ ਭਰਿਆ ਪਿਆ ਚੱਕ ਆਪਣੀ ਗਈ ਹੋ। ਇਹਦੀ ਤੁਸੀਂ ਵੇਖ ਸਕਦੇ ਹੋ, ਇਸ ਤਰ੍ਹਾਂ ਤੁਸੀਂ ਵੀ ਬੰਨ ਸਕਦੇ ਹੋ ਘੜੀ, ਜੇ ਤੁਹਾਨੂੰ ਗੁੱਡੀ ਪੇਚੇ ਲਾ ਡਾਣ ਦੇ ਵਿੱਚ ਮਤਲਬ ਪੇਚੀ ਲਾਉਣ ਦੇ ਵਿੱਚ ਤੁਹਾਨੂੰ ਘੜੀ ਤੰਗ ਕਰਦੀ ਹੋਵੇ, ਐਂ ਕਰਕੇ ਬੈਲਟ ਦੇ ਵਿੱਚ ਘੜੀ ਅੜਾ ਸਕਦੇ ਜੀ। ਕਹਿੰਦੇ ਆਹ ਵੀਡੀਓ ਨੂੰ ਕਰਦੇ ਹਾਂ ਆਪਾਂ ਇੱਥੇ ਹੀ ਐਂਡ, ਕਿਉਂਕਿ ਗੁੱਡੀ ਬਿਲਕੁਲ ਵੀ ਨਹੀਂ ਉੱਡਦੀ ਪਈ, ਅਤੇ ਅਸੀਂ ਤਾਂ ਭਰਾਵਾ ਇਸ ਤਰ੍ਹਾਂ ਪੇਚੇ ਲਾਈ ਜਾਣੇ ਆ, ਬਸ ਤੁਸੀਂ ਬੋਰ ਹੋ ਜਾਣਾ, ਇਸ ਕਰਕੇ ਆਪਾਂ ਆਹ ਵੀਡੀਓ ਨੂੰ ਕਰਦੇ ਇੱਥੇ ਐਂਡ। ਅੱਜ ਆਪਾਂ ਇੱਕ ਕਾਈਟਾਂ ਨਾਲ 2 ਗੁੱਡੀਆਂ ਵੱਢੀਆਂ, ਤੀਸਰੀ ਵਾਰੀ ਆਪਾਂ ਵਢਾਏ ਹਾਂ। ਕੀ ਕਹਿੰਦੇ ਆਪਾਂ ਤੁਹਾਨੂੰ ਮਿਲਦੇ ਹਾਂ ਨੈਕਸਟ ਵੀਡੀਓ 'ਚ, ਅਤੇ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ, ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕਰਕੇ ਜਾਂਦੇ ਵੀਡੀਓ ਵੇਖ ਕੇ ਚਲ ਜਾਂਦੇ, ਚੈਨਲ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਵੀਡੀਓ ਫੁੱਲ ਵੇਖਿਆ ਕਰੋ, ਅਤੇ ਆਪਾਂ ਤੁਹਾਨੂੰ ਮਿਲਦੇ ਹਾਂ ਨੈਕਸਟ ਵੀਡੀਓ 'ਚ, ਬਾਏ।